ਦੋਸਤੋ ਏਂਗਲਿਸ਼ ਸਿੱਖਣ ਲਈ ਸਾਨੂੰ ਵਰਬਸ ਵੀ ਸਿੱਖਣੇ ਪੈਂਦੇ ਨੇ ਤੇ ਵਰਬਸ ਦੀ ਪਹਿਲੀ ਫਾਰਮ ਸੈਕੰਡ ਫਾਰਮ ਤੇ ਥਰਡ ਫਾਰਮ ਇਹ ਹਜ਼ਾਰਾਂ ਹੀ ਵਰਬਸ ਨੇ ਜੇ ਆਪਾਂ ਨੂੰ ਯਾਦ ਕਰਨ ਲੱਗ ਪਈਏ ਜਾਂ ਰੱਟਾ ਮਾਰਾਂਗੇ ਤੇ ਸਾਨੂੰ ਕਦੀ ਵੀ ਯਾਦ ਨਹੀਂ ਹੋ ਸਕਦੇ ਤੇ ਅਸੀਂ ਭੁੱਲ ਜਾਂਦੇ ਆ ਸੋ ਇਹਨਾਂ ਨੂੰ ਯਾਦ ਕਰਨ ਦਾ ਸੌਖਾ ਤਰੀਕਾ ਜਿਹੜੇ ਨੇ ਕਨਸੈਪਟ ਉਹ ਆਪਣੇ ਦਿਮਾਗ 'ਚ ਬਿਠਾ ਲਓ ਪਿਛਲੀ ਵੀਡੀਓ 'ਚ ਮੈਂ ਤੁਹਾਨੂੰ ਕੁਝ ਵਰਬਸ ਦੇ ਕਨਸੈਪਟ ਦੱਸੇ ਜੀ ਹੁਣ ਕੁਝ ਹੋਰ ਕਨਸੈਪਟ ਆਪਣੇ ਇਸ ਦੂਜੇ ਹਿੱਸੇ 'ਚ ਕਰ ਰਹੇ ਆ। ਇਹ ਵੀਡੀਓ ਪਹਿਲਾ ਪਾਰਟ ਜੇ ਤੁਸੀਂ ਨਹੀਂ ਵੇਖਿਆ ਤੇ ਇਸ ਦੇ ਡਿਸਕ੍ਰਿਪਸ਼ਨ 'ਚ ਮੇਰਾ ਲਿੰਕ ਪੇਜ ਨੇ ਉਹ ਵੀਡੀਓ ਪਹਿਲਾਂ ਜਰੂਰ ਸੁਰਨਾ ਫਿਰ ਇਹ ਹੈ ਦੂਜੀ ਵੀਡੀਓ ਸੁਰਨਾ। ਫਿਰ ਤੁਹਾਨੂੰ ਪੂਰੇ ਕਨਸੈਪਟ ਨਾਲ ਨਾਲ ਕਲੀਅਰ ਹੋ ਜਾਣਗੇ। ਇੱਕ ਵਾਰ ਤੁਸੀਂ ਇਹ ਸਾਰੇ ਕਨਸੈਪਟ ਆਪਣੇ ਦਿਮਾਗ 'ਚ ਬਿਠਾ ਲਏ ਤੁਹਾਨੂੰ ਵਰਬਸ ਲੱਟਣ ਦੀ ਲੋੜ ਨਹੀਂ ਤੁਸੀਂ ਆਪਣੇ ਆਪ ਹੀ ਉਹ ਲਿਖੀ ਜਾਓਗੇ ਨਾ ਹੀ ਉਹਨਾਂ ਸਪੈਲਿੰਗ ਯਾਦ ਕਰਨ ਦੀ ਲੋੜ ਵੀ ਕਨਸੈਪਟ ਦੇ ਨਾਲ ਹੀ ਤੁਹਾਡਾ ਜਿਹੜੀ ਸਪੈਲਿੰਗ ਉਹ ਵੀ ਯਾਦ ਹੋ ਜਾਣਗੇ। ਸੋ ਦੋਸਤੋ ਮੈਂ ਤਰਮਿੰਦਰ ਸਿੰਘ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਇਨਕਲੂਸਿਵ ਐਜੂਕੇਸ਼ਨ ਵਿੱਚ ਤੁਸੀਂ ਸਿੱਖਦੇ ਹੋ ਇੰਗਲਿਸ਼ ਤੋਂ ਪੰਜਾਬੀ ਜੇਕਰ ਤੁਸੀਂ ਚੈਨਲ ਤੇ ਨਵੇਂ ਜੁੜੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਜ਼ਰੂਰ ਦਬਨਾ ਤਾਂ ਜੋ ਹਰ ਨਵੀਂ ਵੀਡੀਓ ਖਾਸ ਕਰਕੇ ਇਸੇ ਪਾਰਟ ਦੀ ਵਿੱਚ ਤੀਜੀ ਤੀਜਾ ਪਾਰਟ ਵੀ ਤੁਹਾਨੂੰ ਜਲਦੀ ਭੇਜਣ ਜਾ ਰਹੇ ਇਸ ਲਈ ਤੁਸੀਂ ਨੋਟੀਫਿਕੇਸ਼ਨ ਬੈਲ ਬਟਨ ਆਈਕਨ ਬਟਨ ਜ਼ਰੂਰ ਦਬਦੋ ਤਾਂ ਜੋ ਤੁਹਾਨੂੰ ਇਸ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤੁਸੀਂ ਉਹ ਵੀਡੀਓ ਵੀ ਸਮੇਂ ਸਿਰ ਵੇਖ ਸਕੋ ਤੁਹਾਨੂੰ ਸਾਰੀ ਗ੍ਰਾਮਰ ਕਲੀਅਰ ਹੋ ਜਾਏ ਵਰਬਸ ਦੀ ਅਜਾ ਪਰਚ ਹੁਣ ਪਿਛਲੇ ਟ੍ਰਿਕਸ ਜਿਹੜੇ ਸਿੱਖੇ ਸੋਣ ਇੱਥੇ ਤੱਕ ਜੇ ਚੇਂਜ ਆਫ ਵੋਵਲਸ ਜਿਹੜੇ ਵੋਵਲਸ ਏ ਈ ਆਈ ਓ ਯੂ ਜਿਹੜੇ ਨੇ ਉਹਨਾਂ ਦੀ ਕਿੱਦਾਂ ਚੇਂਜਸ ਕਰਨੀਆਂ ਨੇ ਤਿੰਨੋਂ ਫਾਰਮਸ ਵਿੱਚ ਕਿੱਦਾਂ ਵਰਤੋਂ ਕਰਨਾ ਹੈ ਜਿਦਾਂ ਵੇਖੋ ਸਿੰਗ ਗਾਉਣਾ ਜਿਹੜਾ ਮਤਲਬ ਹੁੰਦਾ ਹੈ ਸੈਂਗ ਤੇ ਸੰਗ ਆ ਵੀਖੋ ਫਰਸਟ ਫਾਰਮ ਸਿੰਗ ਸੈਕੰਡ ਸੈਂਗ ਥਰਡ ਸੰਗ ਕਿ ਕਿਤਾਪ ਆਏ ਦੀ ਜਗਾ ਸੈਕੰਡ ਫਾਰਮ ਚ ਏ ਲਾਤਾ ਥਰਡ ਫਾਰਮ ਚ ਯੂ ਲਾਤਾ ਉਹਨੇ ਇਸ ਤਰ੍ਹਾਂ ਸਿਮਿਲਰ ਹੋਰ ਆਪਾਂ ਲਬਜ ਵੇਖਦੇ ਵਾਰਬਸ ਵੇਖਦੇ ਜਿੰਨਾ ਚ ਸੇਮ ਇਦਾਂ ਦੇ ਕਨਸੈਪਟ ਹੋਣਗੇ ਤੇ ਕਨਸੈਪਟ ਨੂੰ ਯਾਦ ਕਰੋ ਤੁਸੀਂ ਰਿੰਗ ਵਜਾਉਣਾ ਰੈਂਕ ਤੇ ਰੰਗ ਦੇਖੋ ਸੇਮ ਆਏ ਜਗਾ ਏ ਆ ਗਿਆ ਥਰਡ ਫਾਰਮ ਚ ਯੂ ਆ ਗਿਆ ਰਿੰਗ ਰੈਂਕ ਰੰਗ ਹੋਰ ਵੇਖਦੇ ਸ਼ਿੰਕ ਚੰਗੜ ਜਾਣਾ ਜਾਂ ਡੁੱਬ ਜਾਣਾ ਸ਼ੈਂਕ ਤੇ ਸ਼ੰਖ ਠੀਕ ਹੈ ਫਰਸਟ ਸੈਕੰਡ ਥਰਡ ਫਾਰਮ ਚ ਆਈ ਜਗਾ ਏ ਥਰਡ ਚ ਯੂ ਲੱਗ ਗਿਆ ਹੋਰ ਵੇਖਦੇ ਡਰਿੰਕ ਪੀਣਾ ਡਰੈਂਕ ਤੇ ਡਰੰਕ ਇਹ ਕੁਝ ਕਨਸੈਪਟ ਆਪਣੇ ਦਿਮਾਗ ਚ ਬਿਠਾ ਲਓ ਤੁਸੀਂ ਯਾਦ ਕਰ ਲਓ ਕਿ ਇਸ ਤਰ੍ਹਾਂ ਦੇ ਕੋਈ ਵੀ ਲਵਜ ਆਉਣਗੇ ਉਹਨਾਂ ਨੂੰ ਆਈ ਜਗਾ ਏ ਸੈਕੰਡ ਫਾਰਮ ਚ ਥਰਡ ਫਾਰਮ ਚ ਯੂ ਲੱਗਦਾ ਇਹ ਨਾਲ ਤੁਹਾਨੂੰ ਸਪੈਲਿੰਗ ਤੇ ਯਾਦ ਹੋਣਗੇ ਨਾਲ ਵਰਬ ਵੀ ਯਾਦ ਹੋ ਜਾਣਗੇ ਕੋਈ ਵੀ ਨਵਾਂ ਲਬ ਵਰਬ ਹੁੰਦਾ ਤੁਸੀਂ ਇਦਾਂ ਸਪੈਲਿੰਗ ਹੋਰ ਤੋਂ ਸਿੱਧਾ ਹੀ ਤੁਸੀਂ ਵੋਵਲ ਹੋਰ ਚੇਂਜ ਕਰ ਦੋਗੇ ਅੱਜ ਜਗ੍ਹਾ ਏ ਸੈਕੰਡ ਫਾਰਮੂਲੇ ਤੇ ਥਰਡ ਫਾਰਮੂਲੇ ਯੂ ਲਗਾ ਦੋਗੇ ਫਿਰ ਹੋਰ ਵੇਖਦੇ ਸਵਮ ਤੈਰਨਾ ਸਵਮ ਤੇ ਸਵਾਂ ਆਈ ਏ ਤੇ ਯੂ ਤਿੰਨੋਂ ਵੋਵਲ ਚੇਂਜ ਕਰਦੇ ਤੇ ਅੱਜ ਜਗ੍ਹਾ ਏ ਫਿਰ ਯੂ ਲਾਤਾ ਫਿਰ ਬਿਗਨ ਸ਼ੁਰੂ ਕਰਨਾ ਕੋਈ ਸ਼ੁਰੂਆਤ ਕਰਨੇ ਬਿਗਨ ਤੇ ਬਿਗਨ ਠੀਕ ਹੈ ਸੇਮ ਤੇ ਹਨਾ ਵੇ ਕੋ ਸਾਰਾ ਕਨਸੈਪਟ ਹੋਈ ਚੱਲ ਰਿਹਾ ਕੋਈ ਵੀ ਨਵਾਂ ਲਬਜ ਤੁਹਾਡੇ ਕੋਲ ਆ ਜਾਂਦਾ ਤੁਸੀਂ ਇਸੇ ਤਰ੍ਹਾਂ ਹੀ ਉਹਰੇ ਆ ਜੇਗਾ ਏ ਬਣਾ ਦੇਣਾ ਸੈਕੰਡ ਫਾਰਮੂਲੇ ਥਰਡ ਫਾਰਮੂਲੇ ਯੂ ਕਰ ਦੇਣਾ ਇਹ ਸ਼ੁਰੂਆਤ ਕਰਨ ਵਾਲੇ ਜਿਹੜੇ ਬੱਚੇ ਜਿਨ੍ਹਾਂ ਨੂੰ ਬਹੁਤ ਔਖਾ ਲੱਗਦਾ ਵਰਫ ਯਾਦ ਕਰਨਾ ਉਹਨਾਂ ਲਈ ਇਹ ਵੀਡੀਓ ਬਹੁਤ ਜ਼ਰੂਰੀ ਹੈ ਇਸ ਲਈ ਵੀਡੀਓ ਅੰਤ ਤੱਕ ਜਰੂਰ ਕਰਕੇ ਦੇਖਣਾ ਜੇ ਚੰਗੀ ਲੱਗੀ ਤੇ ਲਾਈਕ ਕਰਕੇ ਕਮੈਂਟ ਬਾਕਸ ਵਿੱਚ ਜਰੂਰ ਲਿਖਿਆ ਕਰੋ ਬੱਚੋ ਕਮੈਂਟ ਬਾਕਸ ਵਿੱਚ ਲਿਖ ਕੇ ਜੇ ਤੁਹਾਡੀ ਕੋਈ ਕੁਐਰੀ ਹੈ ਜੇ ਤੁਹਾਨੂੰ ਕੀ ਠੀਕ ਲੱਗਿਆ ਇਦਾਂ ਦੇ ਵਰਬਸ ਜਿਹੜੇ ਖੁਦ ਬਣਾ ਕੇ ਵੀ ਇਨਬਾਕਸ ਚ ਲਿਖਿਆ ਕਰੋ ਤੁਹਾਡੀ ਪ੍ਰੈਕਟਿਸ ਹੋ ਜਾਏਗੀ ਜਿੰਨੇ ਤੁਸੀਂ ਪ੍ਰੈਕਟਿਸ ਕਰੋਗੇ ਓਨੇ ਤੁਹਾਨੂੰ ਵਰਬਸ ਯਾਦ ਹੋਣਗੇ ਇਨਬਾਕਸ ਕਰਿਆ ਕਰੋ ਨਵੇਂ ਲਫ਼ਜ਼ ਜਿਹੜੇ ਇਹਦੇ ਨਾਲ ਦੇ ਸਿਮਿਲਰ ਤੁਹਾਨੂੰ ਲੱਭਦੇ ਆ ਓਰੇ ਵਰਬਸ ਬਣਾ ਕੇ ਇਨਬਾਕਸ ਕਰੋ ਮੈਨੂੰ ਮੈਸੇਜ ਕਰੋ ਤਾਂ ਕਿ ਬਾਕੀ ਬੱਚੇ ਨੂੰ ਨਵੇਂ ਲਫ਼ਜ਼ਾਂ ਦੇ ਬਾਰੇ ਪਤਾ ਲੱਗ ਸਕੇ ਕੰਮ ਔਰ ਇਹ ਧਿਆਨ ਦੇਣਾ ਕੀ ਹੈ ਇੱਥੇ ਉਹ ਆ ਗਿਆ ਕੰਮ ਆਉਣਾ ਕੈਂਪ ਤੇ ਕੰਮ ਆ ਵੇਖੋ ਇਰਚ ਸਰਡ ਫਾਰਮ ਜਿਹੜੀ ਆ ਯੂ ਨਹੀਂ ਲੱਗਾ ਉਹ ਸੇਮ ਦੀ ਸੇਮ ਲਾਤੀ ਕਮ ਕੇਮ ਕਮ ਠੀਕ ਹੈ ਫਿਰ ਉਸ ਤਰ੍ਹਾਂ ਹੁਣ ਆ ਵੇਖੋ ਬਿਕਮ ਕੀ ਫਰਕ ਪਿਆ ਕਮ ਦਾ ਕੇ ਬੀ ਆ ਗਿਆ ਇਹਨੇ ਕਰਕੇ ਤੁਹਾਨੂੰ ਸੌਖਾ ਹੋ ਗਿਆ ਬੰਨਾ ਜਿਹੜਾ ਬੀਕੇਮ ਉਹਨ ਫਿਰ ਆ ਗਿਆ ਬਿਕਮ ਇੱਕ ਯਾਦ ਕੀਤਾ ਔਰ ਇਹ ਨਾਲ ਹੀ ਤੁਹਾਨੂੰ ਕਮ ਦੇ ਨਾਲ ਬਿਕਮ ਵੀ ਯਾਦ ਹੋ ਗਿਆ ਇਸ ਤਰ੍ਹਾਂ ਸਿਮਿਲਰ ਜਿਹੜੇ ਆ ਕਨਸੈਪਟ ਲਾਗੇ ਲਾਗੇ ਰੱਖੋਗੇ ਵਰਬਸ ਤੁਹਾਨੂੰ ਯਾਦ ਹੋਈ ਜਾਣਗੇ ਫਿਰ ਵੇਖੋ ਰਨ ਦੌੜਨਾ ਰੰਗ ਤੇ ਰੰਗ ਅਬ ਵੀ ਸੇਮ ਉਸ ਰੰਗ ਫਸਟ ਤੇ ਥਰਡ ਫਾਰਮ ਸੇਮ ਆ ਗਈ ਤੇ ਸਿਰਫ ਰੰਗ ਵਿੱਚ ਆ ਗਿਆ ਆ ਥੋੜਾ ਡਿਫਰੈਂਸ ਇਹਨਾਂ ਥੋੜਾ ਯਾਦ ਰੱਖਣੇ ਪੈਣਗੇ ਸਕੇ ਤੁਹਾਨੂੰ ਵਾਰ-ਵਾਰ ਇਹਨੇ ਕਨਸੈਪਟ ਆਪਣੇ ਦਿਮਾਗ ਵਿੱਚ ਉਠਾਓ ਵੀਡੀਓ ਨੂੰ 2-3 ਵਾਰ ਜਰੂਰ ਸੁਨੋ ਫਿਰ ਹੀ ਤੁਹਾਨੂੰ ਸਾਰੇ ਕਨਸੈਪਟ ਕਲੀਅਰ ਹੋਣਗੇ ਹੋਰ এবਾਉਟ ਟੈਕਨੀਕਸ ਅੱਗੇ ਚੱਲਦੇ ਆਪਾਂ ਹੁਣ ਸਕਸੈਸਫੁਲ ਟੈਕਨੀਕਸ ਇੱਕ ਬਹੁਤ ਜ਼ਰੂਰੀ ਟੈਕਨੀਕ ਜਿਹੜੀ ਆਪਾਂ ਬਲੋ ਉਡਾਉਣਾ ਬਲੂ ਤੇ ਬਲੌਂਗ ਕੀ ਚੀਜ਼ਾਂ ਵੇਖੀ ਧਿਆਨ ਵੇਖੋ ਕੀ ਚੀਜ਼ਾਂ ਕਿ ਆਪਾਂ ਚੇਂਜ ਕੀਤੀਆਂ ਉਹ ਜਗ੍ਹਾ ਈ ਲਾ ਦਿੱਤਾ ਸੈਕਿੰਡ ਫਾਰਮ ਚ ਬਲੂ ਹੋ ਗਿਆ ਤੇ ਥਰਡ ਫਾਰਮ ਚ ਕੀ ਕੀਤਾ ਫਸਟ ਫਾਰਮ ਨੂੰ ਐਜ ਦੇ ਅੱਗੇ ਲਾ ਗਏ ਤੇ ਐਨ ਲਾ ਦਿੱਤਾ ਸੋ ਦੋ ਚੀਜ਼ਾਂ ਚੇਂਜ ਕੀਤੀਆਂ ਈ ਥਰਡ ਚ ਐਨ ਠੀਕ ਹੈ ਬਲੋਸ ਆ ਬਲੂ ਬਲੂ ਤੋਂ ਬਲੋਂ ਬਲੋ ਅੱਗੇ ਆ ਗਿਆ ਤੇ ਐਨ ਪਿੱਛੇ ਲੱਗੇ ਸਿਰਫ ਇੰਨਾ ਸਿੰਪਲ ਸਪੈਲਿੰਗ ਯਾਦ ਕਰਦੇ ਲੋੜ ਨਹੀਂ ਸਿਰਫ ਪਿੱਛੇ ਫਸਟ ਫਾਰਮ ਦੇ ਨਾਲ ਐਨ ਲਾ ਦੇਣਾ ਥਰਡ ਫਾਰਮ ਲਈ ਹੋਰ ਇੱਕ ਦੇ thro ਸੁਰਤਨਾ ਥਰੀ ਤੋ ਟ੍ਰੋਨ ਸੇਮ ਕਨਸੈਪਟ ਆ ਗਿਆ ਨਾ ਯਾਦ ਕਰ ਲਓ ਤੁਸੀਂ ਫਿਰ ਗਰੋ ਉਗੋਣਾ ਗਰੂ ਟੂ ਗਰੋਨ ਇਦਾਂ ਦੇ ਜਿੰਨੇ ਵੀ ਲਫ਼ਜ਼ ਆਉਂਦੇ ਇਨਬਾਕਸ ਸ਼ੁਰੂ ਕਰੋ ਨਵੇਂ ਲਫ਼ਜ਼ ਜਿਹੜੇ ਵੀ ਤੁਹਾਨੂੰ ਲੱਭਦੇ ਨੇ ਉਹ ਇਨਬਾਕਸ ਕਰੋ ਤਾਂ ਕਿ ਹੋਰ ਬੱਚਿਆਂ ਨੂੰ ਵੀ ਉਹ ਜਾਣਨ ਨੂੰ ਮੌਕਾ ਮਿਲੇ ਉਹ ਵੀ ਜਾਣ ਸਕਣ ਹੋਰ ਨਵੇਂ ਲਫ਼ਜ਼ ਕਿਹੜੇ ਨੇ ਜਿਹੜੇ ਨਵੇਂ ਸਟਾਰਟਰ ਨੇ ਬੱਚੇ ਉਹਨਾਂ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਨੇ ਇਸੇ ਕਨਸੈਪਟ ਨਾਲ ਕਰੋਗੇ ਤੁਹਾਨੂੰ ਯਾਦ ਹੋ ਜਾਣਗੇ ਉਸ ਲਈ ਹੁਣ ਅਗਲਾ ਵੇਖੋ ਥੋੜਾ ਡਿਫਰੈਂਸ ਆ ਗਿਆ ਡਰਾ ਖਿੱਚਣਾ ਕੋਈ ਡਰਾਇੰਗ ਬਣਾਉਂਦਾ ਡਰਿਊ ਤੇ ਡਰਾਉਨ ਇਰਜ਼ ਕੀ ਫਰਕ ਆ ਹੈ ਵੇਖੋ ਡਰਾ ਜਿਹਾ ਸੇਮ ਉਹੀ ਅੱਖਰ ਆ ਗਏ ਫਿਰ ਕੋਈ ਚੇਂਜ ਨਹੀਂ ਕੀਤਾ ਡਰਿਊ ਤੇ ਡਰਾਉਨ ਸੇਮ ਉਤਲਾ ਕਨਸੈਪਟ ਚੱਲ ਸਰਫ ਉਹ ਜਗ੍ਹਾ ਏ ਆਇਆ ਸੀ ਪਰ ਫਿਰ ਵੀ ਸੈਕੰਡ ਥਰਡ ਫਾਰਮ ਸੇਮ ਉਸੇ ਕਨਸੈਪਟ ਦੇ ਨਾਲ ਨੋ ਜਾਣਨਾ ਨਿਊ ਤੇ ਨੌਨ ਸੇਮ ਹੋਈ ਕਨਸੈਪਟ ਚੱਲੀ ਜਾ ਰਹੀ ਹੈ ਕੋਈ ਰਟਾ ਬਾਹਰ ਦੀ ਲੋੜ ਨਹੀਂ ਸਿਰਫ ਕਨਸੈਪਟ ਯਾਦ ਕਰਨਾ ਹੁਣ ਫਲਾਈ ਇਹ ਚ ਵਾਈ ਪਿੱਛੇ ਆ ਗਿਆ ਉਡਣਾ ਫਲੂ ਤੇ ਕੀ ਹੋਏਗਾ ਫਲੋਨ ਫਲਾਈ ਫਲੂ ਤੇ ਥਰਡ ਫਾਰਮ ਫਲੋਨ ਵੇਖੋ ਚਾਹ ਇੱਕ ਦੋ ਅੱਖਰ ਚੇਂਜ ਹੋਏ ਨੇ ਜਿੱਦਾਂ ਹੁਣ ਚ ਡਰਾਜ ਏ ਆਇਆ ਹੈ ਚ ਵਾਈ ਹੈ ਪਰ ਸੈਕਿੰਡ ਫਾਰਮ ਤੇ ਥਰਡ ਫਾਰਮ ਦਾ ਕਨਸੈਪਟ ਸੇਮ ਰਿਹਾ ਆਪਣੇ ਦਿਮਾਗ ਚ ਬਿਠਾ ਲਓ ਕੋਈ ਰਟਾ ਦੀ ਲੋੜ ਨਹੀਂ ਵੀਡੀਓ 2-3 ਵਾਰ ਵੇਖੋ ਤੁਹਾਨੂੰ ਆਪੇ ਹੀ ਕਨਸੈਪਟ ਤੁਹਾਡੇ ਦਿਮਾਗ 'ਚ ਬੈ ਜਾਏਗਾ ਤੇ ਨਾਲ ਹੀ ਤੁਹਾਨੂੰ ਵਰਬ ਯਾਦ ਹੋ ਜਾਣਗੇ ਅਗਲੀ ਟੈਕਨਿਕ ਆਪਾਂ ਹੋਣ ਜਾਈਏ ਜੂਗੇ A U G T A U H T ਤੇ A O U G H T ਕਿਦਾਂ ਵਰਤਨਾ ਉਹਨਾਂ ਦੇ ਤੁਹਾਨੂੰ ਦੱਸਾਂਗੇ ਟੀਚ ਪੜਾਉਣਾ ਟਾਟ ਤੇ ਟਾਟ ਬਾਕੀ ਸੇਮ ਹੋਏ ਸੈਕਿੰਡ ਤੇ ਥਰਡ ਫਾਰਮ ਸੇਮ ਆ ਗਿਆ ਟੀਚ ਟਾਟ ਟਾਟ ਕੈਚ ਫੜਨਾ ਕੌਟ ਤੇ ਕੌਟ ਠੀਕ ਸੇਮ ਹੋਈ A U G H T ਦੋਨਾਂ ਦੇ ਸੇਮ ਆ ਰਿਹਾ ਹੈ ਕੈਚ ਤੇ ਟੀਚ ਦੇ ਨਾਲ ਪਰ ਹੁਣ ਬਾਏ ਖਰੀਦਣਾ ਬਾਟ ਤੇ ਬਾਟ ਇਰਚਨ O U G H T ਆਇਆ ਦੋਨਾਂ ਚ ਬਾਏ ਦੇ ਨਾਲ ਬਾਟ ਬਾਟ ਫਿਰ ਫਾਈਟ ਹੋਰ ਵੇਖੋ ਫਾਈਟ ਲੜਨਾ ਧਿਆਨ ਦਿਓ ਇਹਨਾਂ ਚ ਫੌਟ ਫੌਟ O U G H T ਥਿੰਕ ਸੋਚਣਾ ਥਾਟ the thought ਕੋ ਸੇਮ ਕਨਸੈਪਟ ਚੱਲ ਰਿਹਾ ਫਿਰ ਬ੍ਰਿੰਗ ਲਿਆਉਣਾ ਬਰਾਉਟ ਫਿਰ ਅੱਗੇ ਬਰਾਉਟ ਸੇਮ ਬ੍ਰਿੰਗ ਦੇ ਨਾਲ O J G H T O U G H T ਹੁਣ ਕੀ ਫਿਰ ਸਿਰਫ ਦੋ ਉਤਲੇ ਅੱਖਰ ਆ ਜਿਹੜੇ T ਤੇ C ਐਚ ਔਰ ਚ A U G H T ਐ ਤੇ ਕੀ ਕਿਉਂ ਹੈ ਧਿਆਨ ਦੇ ਲੋ ਕਨਸੈਪਟ ਨੂੰ ਕਲੀਅਰ ਕਰ ਲੋ ਜਿਹਦੇ ਨਾਲ ਏ ਆਉਂਦਾ ਉਹਨਾਂ ਦੇ ਨਾਲ ਏ ਨਾਲ ਲਿਆਉਣਾ ਬਾਕੀ ਕੋਈ ਵੀ ਅੱਖਰ ਆਉਂਦਾ ਉਹਨਾਂ ਸਾਰਿਆਂ ਨਾਲ ਓ ਹੀ ਲੱਗਣਾ ਸਿਰਫ ਦੋ ਅੱਖਰ ਨੇ ਜਿਨ੍ਹਾਂ ਦੇ ਵਿੱਚ ਜੇਸ ਨਵੇਂ ਅੱਖਰ ਹੋਰ ਵੀ ਇਹਦੇ ਨਾਲ ਆਉਂਦਾ ਜਿਹਦੇ ਵਿੱਚ ਏਜ ਏ ਲੱਗੇਗਾ ਔਰ ਨਾਲ ਏ ਜੋ ਜੀ ਐਚ ਟੀ ਆਏਗਾ ਠੀਕ ਕਨਸੈਪਟ ਕਲੀਅਰ ਹੋ ਰਿਹਾ ਹੈ ਨਾ ਤੇ ਸਬਸਕ੍ਰਾਈਬ ਤੇ ਬੈਲ ਆਈਕਨ ਬਟਨ ਜਰੂਰ ਦਬਨਾ ਲਾਈਕ ਜਰੂਰ ਕਰ ਦਿਓ ਅਗਲੀ ਟੈਕਨੀਕ ਆਪਾਂ ਸਿੱਖਦੇ ਹਾਂ ਹੁਣ ਇਹਦੇ ਵਿੱਚ ਅਲੱਗ-ਅਲੱਗ ਫਾਰਮਸ ਨੇ ਇਹ ਆ ਤੁਹਾਨੂੰ ਯਾਦ ਕਰਨੀਆਂ ਪੈਣੀਆਂ ਇਹਨੂੰ ਫਿਰ ਵੀ ਇੱਕ ਵਾਰ ਧਿਆਨ ਨਾਲ ਵੇਖ ਲਓ ਇਹ ਸਾਰੇ ਸੈਕੰਡ ਤੇ ਥਰਡ ਫਾਰਮ ਹਰ ਇੱਕ ਦੀ ਵੱਖੋ ਵੱਖਰੀ ਹੈ ਜੋ ਡੂ ਕਰਨਾ ਡਿਡ ਤੇ ਡਨ ਡੂ ਡਿਡ ਡਨ ਆ ਤੁਹਾਨੂੰ ਯਾਦ ਕਰਨੀ ਪੈਣੀ ਹੈ ਇਹਨੂੰ ਨੋਟ ਕਰ ਲਿਓ ਤੇ ਯਾਦ ਕਰੋ ਆਹ ਵਾਲੇ ਵਰਬਸ ਜਿਹੜੀਆਂ ਗੋ ਜਾਣਾ ਵੈਂਟ ਗੋਨ ਠੀਕ ਹੈ ਗੋ ਵੈਂਟ ਗੋਨ ਸੀ ਵੇਖਣਾ ਸਾ ਸੀਨ ਅਗਲੇ ਸਾਰੇ ਫਾਰਮਸ ਵੱਖ-ਵੱਖਰੀਆਂ ਆ ਰਹੀ ਨੇ ਕਨਸੈਪਟਸ ਕੋਈ ਨਹੀਂ ਹੈ ਗਰਚ ਆ ਤੁਹਾਨੂੰ ਯਾਦ ਕਰਨੀਆਂ ਪੈਣੀਆਂ ਨੋਟ ਕਰਕੇ ਪ੍ਰੈਕਟਿਸ ਕਰੋ ਲਫ਼ਜ਼ ਜਿਨ੍ਹਾਂ ਨੂੰ ਵਰਤ ਕੇ ਵੇਖੋ ਨਾ ਵਰਬਸ ਨੂੰ ਤੁਹਾਨੂੰ ਆਪੇ ਯਾਦ ਹੋ ਜਾਣਗੀਆਂ ਸੀ ਸਾ ਸੀਨ ਈਟ ਖਾਣਾ ਈਟ ਤੇ ਈਟਨ ਈਟ ਈਟ ਈਟਨ ਫਰਗੀਵ ਦੇਣਾ ਕਿਹਨੂੰ ਕੋਤੀ ਗੇਵ ਤੇ 기ਵਨ ਗੇਵ ਗੇਵ ਤੇ ਗਿਵਨ ਫਿਰ ਫਾਰ ਗਿਵ ਆ ਵੇਖੋ ਸੇਮ ਆ ਗਿਆ ਗਿਵ ਤੇ ਫਾਰ ਗਿਵ ਪਿੱਛੇ ਗਿਵ ਵੀ ਆ ਗਿਆ ਤੇ ਮਤਲਬ ਸੇਮ ਉਦਾਂ ਹੀ ਆ ਜਾਣਾ ਫਾਰ ਗਿਵ ਤੇ ਫਾਰ ਗਿਵਨ ਇਸ ਤਰ੍ਹਾਂ ਤੁਹਾਨੂੰ ਯਾਦ ਕਰਨਾ ਸੀ ਇਦਾਂ ਦੇ ਕਨਸੈਪਟ ਲੱਭਣੇ ਪੈਣੇ ਆਪੇ ਤੁਹਾਨੂੰ ਬਣਾਉਣੇ ਪੈਣਗੇ ਇਹ ਚੀਜ਼ ਬੀਅਰ ਬਰਦਾਸ਼ਤ ਕਰਨਾ ਬੋਰ ਤੇ ਬੋਰਨ ਉਸ ਤਰ੍ਹਾਂ ਫਿਰ ਟੀਅਰ ਪਾੜਨਾ ਕਿਸੇ ਚੀਜ਼ ਨੂੰ ਟੌਰ ਤੇ ਟੌਰਨ ਫਰੈਕ ਸਵਿਅਰ ਸੋਹ ਚੁਕਣਾ ਸਵਾਰ ਤੇ ਸਵਾਰਨ ਠੀਕ ਆ ਸਾਡੇ ਡਿਫਰੈਂਸ ਹੀ ਇਹਨਾਂ ਨੂੰ ਯਾਦ ਕਰ ਲਓ ਤੁਸੀਂ ਸੋ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਜਰੂਰ ਲਿਖਣਾ ਤੇ ਜੇ ਤੁਸੀਂ ਪਹਿਲੀ ਵਾਰ ਜੁੜੇ ਹੋ ਤਾਂ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਜੁੜਦਾ ਬਣਾ ਤਾਂ ਜੋ ਅਗਲੇ ਇਸ ਵੀਡੀਓ ਦਾ ਪਾਰਟ ਜਿਹੜਾ ਵਰਬਸ ਦਾ ਤੀਜਾ ਪਾਰਟ ਉਹ ਜਦੋਂ ਮੈਂ ਤੁਹਾਨੂੰ ਪਾਵਾਂ ਤੇ ਤੁਹਾਨੂੰ ਸਭ ਤੋਂ ਪਹਿਲਾਂ ਉਹ ਨੋਟੀਫਿਕੇਸ਼ਨ ਮਿਲ ਜਾਵੇ ਧੰਨਵਾਦ